ਪਹੁੰਚ ਰਹੇ ਹਨ। ਉਹ ਸੱਜਣ ਕੋਲੋਂ ਲੰਘੇ ਜਿਵੇਂ ਕਾਣਾ ਹੁੰਦਾ ਏ, ਸਾਡੇ ਨਾਲ ਤਾਂ ਜਿਵੇਂ ਕੋਈ ਬੈਰ ਪੁਰਾਣਾ ਹੁੰਦਾ ਏ, ਉਹਨੇ ਹੀ ਫਿਰ ਦੇਣਾ ਹੁੰਦਾ ਨਾਸੀ ਧੂੰਆਂ ਮਾਪਿਆਂ ਜਿਹੜਾ ਹੱਥੀ ਪੁੱਤ ਵਿਆਹਣਾ ਹੁੰਦਾ ਏ। ਉਹ ਦੋਹਾਂ ਪਾਰਟੀਆਂ ਚੋਂ ਜਿਹੜਾ ਐਮ ਪੀ ਹੀ ਹੋ ਜਾਏ, ਉਹਦਾ ਪਹਿਲਾਂ ਬਦਲਣਾ ਬਦਲਾਉਣਾ ਹੁੰਦਾ ਏ, ਉਹਦਾ ਪਹਿਲਾਂ ਬਦਲਣਾ ਬਦਲਾਉਣਾ ਹੁੰਦਾ ਏ। ਉਹਦੇ ਨਾਲ ਕੀ ਗੋਗਿਆ ਚੱਲਿਆ ਹੈ ਯਾਰੀ ਲਾਉਣੀ ਹੈ, ਆਏ ਦਿਨ ਹੀ ਜਿਸਨੇ ਯਾਰ ਵਟਾਉਣਾ ਹੁੰਦਾ ਏ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਸੋਰੀ ਮੈਂ ਤੁਹਾਨੂੰ ਡਿਸਟਰਬ ਕਰ ਰਿਹਾ ਵਿੱਚ, ਕਿਉਂਕਿ ਸਾਡੇ ਚੀਫ ਗੈਸਟ ਸ਼੍ਰੀ ਜਗਿੰਦਰਪਾਲ ਜੈਨ ਸਾਹਿਬ ਤੁਹਾਡੇ ਵਿੱਚ ਪਹੁੰਚ ਰਹੇ ਨੇ। ਇਸ ਤੋਂ ਇਲਾਵਾ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਤੋਂ ਵੀ ਸਾਡੇ ਗੈਸਟ ਸਾਹਿਬਾਨ, ਸਾਡੇ ਚੇਅਰਮੈਨ ਸਾਹਿਬ, ਵਾਈਸ ਪ੍ਰੈਜ਼ੀਡੈਂਟ, ਵਾਈਸ ਚਾਂਸਲਰ ਜਿਹੜੇ ਉੱਥੋਂ ਯੂਨੀਵਰਸਿਟੀ ਦੇ ਨੇ, ਉਹ ਸਾਡੇ ਦਰਮਿਆਨ ਪਹੁੰਚ ਰਹੇ ਹਨ। ਉਮੀਦ ਕਰਦੀ ਹਾਂ ਕਿ ਅੱਛਾ ਮਾਹੌਲ ਇੱਦਾਂ ਹੀ ਬੱਚਿਆਂ ਵੱਲੋਂ ਬਣਿਆ ਰਹੇਗਾ। ਸ਼੍ਰੀ ਜੋਗਿੰਦਰਪਾਲ ਜੀ ਜੈਨ, MLA ਮੋਗਾ, ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਪੰਜਾਬ, ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਜੋਗਿੰਦਰਪਾਲ ਜੀ ਜੈਨ। ਇਸ ਤੋਂ ਇਲਾਵਾ ਮਿਸਟਰ ਸੰਦੀਪ ਸਿੰਘ, ਵਾਈਸ ਪ੍ਰੈਜ਼ੀਡੈਂਟ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ, ਨਾਲ ਹੀ ਸਾਡੇ ਕਾਲਜ ਦੇ ਡਾਇਰੈਕਟਰ ਸਰਦਾਰ ਦਵਿੰਦਰਪਾਲ ਸਿੰਘ, ਡਾਕਟਰ ਅਨੁਜ ਗੁਪਤਾ, ਡਾਕਟਰ ਗੌਰਵ ਗੁਪਤਾ, ਨਾਲ ਹੀ ਐਸੋਸੀਏਟ ਡਾਇਰੈਕਟਰ ਮਿਸਟਰ ਦਮਨਪ੍ਰੀਤ ਸਿੰਘ। ਸੋ ਜੀ, ਇੱਕ ਵਾਰ ਜ਼ੋਰਦਾਰ ਤਾਲੀਆਂ ਹੋਏ ਜੈਨ ਸਾਹਿਬ ਵਾਸਤੇ। MLA ਪੰਜਾਬ, ਮੋਸਟ ਵੈਲਕਮ ਸਰ, ਮੋਸਟ ਵੈਲਕਮ। ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਪੰਜਾਬ ਸ਼੍ਰੀ ਜੋਗਿੰਦਰਪਾਲ ਜੀ ਜੈਨ, ਸਵਾਗਤ ਹੈ ਸਰ। ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਜੋਗਿੰਦਰਪਾਲ ਜੀ ਜੈਨ, ਨਾਲ ਹਨ ਸਾਡੇ ਡਾਇਰੈਕਟਰ ਸਾਹਿਬਾਨ, MLA ਮੋਗਾ ਸ਼੍ਰੀ ਜੋਗਿੰਦਰਪਾਲ ਜੀ ਜੈਨ, ਕੈਂਬਰਿਜ ਸਕੂਲ ਦੇ ਮਿਸਟਰ ਮਿਸ ਪਰਮਜੀਤ ਕੌਰ ਮੈਮ, ਸਾਡੇ ਚੀਫ ਗੈਸਟ ਸਾਹਿਬਾਨ ਅਤੇ ਸਾਡੇ ਡਾਇਰੈਕਟਰ, ਮੈਨੇਜਿੰਗ ਕਮੇਟੀ ਅਤੇ ਹੋਰ ਮਹਿਮਾਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੈਂ ਪੰਜਾਬ ਦੀ ਮੁਟਿਆਰ ਹਾਂ ਅਤੇ ਭੈਣ ਹਾਂ ਉਹਨਾਂ ਵੀਰਾਂ ਦੀ, ਘੱਲੂਘਾਰਿਆਂ ਵਿੱਚ ਜਿਹਨਾਂ ਮਾਰ ਹੈ ਖਾਧੀ ਤੀਰਾਂ ਦੀ। ਮੈਂ ਉਸ ਬਾਪ ਦੀ ਬੇਟੀ ਹਾਂ ਜਿਸ ਚਿੜੀ ਤੋਂ ਬਾਜ ਤੜਾਇਆ ਸੀ, ਅੰਮ੍ਰਿਤ ਦੀ ਸ਼ਕਤੀ ਦੇ ਕੇ 1.25 ਲੱਖ ਨਾਲ ਇੱਕ ਇੱਕ ਲੜਾਇਆ ਸੀ। ਮੈਂ ਉਸ ਦਾਦੇ ਦੀ ਪੋਤੀ ਹਾਂ, ਮੈਂ ਉਸ ਦਾਦੇ ਦੀ ਪੋਤੀ ਹਾਂ ਜੋ ਹਿੰਦ ਦੀ ਚਿੱਟੀ ਚਾਦਰ ਸੀ, ਜਿਹਨੇ 11 ਲਈ ਸਿਰ ਵਾਰ ਦਿੱਤਾ। ਉਹਦਾ ਨਾਂ ਸ਼੍ਰੀ ਗੁਰੂ ਤੇਗ ਬਹਾਦਰ ਸੀ, ਉਹਦਾ ਨਾਂ ਸ਼੍ਰੀ ਗੁਰੂ ਤੇਗ ਬਹਾਦਰ ਸੀ। ਥੈਂਕ ਯੂ ਮੈਮ, ਥੈਂਕਸ ਅ ਲੋਟ। ਮਾਈਸੈਲਫ ਜਗਮੋਹਨ ਸਿੰਘ ਕੰਗ, ਮਾਈਸੈਲਫ ਕਰਮਵੀਰ ਕੌਰ ਸੰਧੂ, ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਹੀ ਆਪਣੇ ਮੇਨ ਚੀਫ ਗੈਸਟ ਸਰ ਸਰਦਾਰ ਜੋਗਿੰਦਰਪਾਲ ਸਿੰਘ, MLA ਮੋਗਾ, ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਪੰਜਾਬ, ਮਿਸਟਰ ਅਸ਼ੋਕ ਗੁਪਤਾ, ਪ੍ਰੈਜ਼ੀਡੈਂਟ ਦੇਸ਼ ਭਗਤ ਕਾਲਜ, ਮਿਸਟਰ ਦਵਿੰਦਰਪਾਲ ਸਿੰਘ, ਡਾਇਰੈਕਟਰ ਦੇਸ਼ ਭਗਤ ਕਾਲਜ, ਮਿਸਟਰ ਗੌਰਵ ਗੁਪਤਾ, ਡਾਇਰੈਕਟਰ ਦੇਸ਼ ਭਗਤ ਕਾਲਜ, ਡਾਕਟਰ ਅਨੁਜ ਗੁਪਤਾ, ਡਾਇਰੈਕਟਰ ਦੇਸ਼ ਭਗਤ ਕਾਲਜ, ਮਿਸਿਸ ਪਰਮਜੀਤ ਕੌਰ, ਐਡਮਿਨਿਸਟ੍ਰੇਟਰ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ, ਮਿਸਟਰ ਦਮਨਪ੍ਰੀਤ ਸਿੰਘ, ਐਸੋਸੀਏਟ ਡਾਇਰੈਕਟਰ ਦੇਸ਼ ਭਗਤ ਕਾਲਜ, ਮਿਸਟਰ ਗਗਨਪ੍ਰੀਤ ਸਿੰਘ, ਮਿਸਟਰ ਹਰਨੇਕ ਸਿੰਘ, ਸਰਪੰਚ ਰਾਮੂਵਾਲਾ ਕਲਾਂ, ਮਿਸਟਰ ਰਾਕੇਸ਼ ਕੁਮਾਰ, ਆਏ ਹੋਏ ਇਹਨਾਂ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਕਿ ਅੱਜ ਤੁਸੀਂ ਸਾਡੇ ਵਿਹੜੇ ਵਿੱਚ ਆਪਣੇ ਸ਼ੁਭ ਚਰਨ ਪਾਏ। ਬਹੁਤ ਬਹੁਤ ਸਵਾਗਤ ਹੈ ਸਰ। ਇਸ ਦੇ ਨਾਲ ਹੀ ਅਸੀਂ ਆਪਣੇ ਅੱਜ ਦੇ ਚੀਫ ਗੈਸਟ ਮਿਸਟਰ ਜੋਗਿੰਦਰਪਾਲ ਜੈਨ ਸਾਹਿਬ ਨੂੰ ਰਿਕੁਐਸਟ ਕਰਦੇ ਹਾਂ ਪਲੀਜ਼ ਸਟੇਜ 'ਤੇ ਆ ਕੇ। ਸਾਡੇ ਪ੍ਰੋਗਰਾਮ ਦਾ ਆਗਾਜ਼ ਕਰਨ ਅਤੇ ਲੈਂਪ ਲਾਈਟਿੰਗ ਕਰਕੇ ਸਾਨੂੰ ਰੋਸ਼ਨ ਕਰਨ।
ਜੇਕਰ ਜ਼ਿਕਰ ਇਸ਼ਕ ਦਾ ਹੋਇਆ, ਜ਼ਿਕਰ ਇਸ਼ਕ ਦਾ ਹੋਇਆ ਤਾਂ ਮੈਨੂੰ ਰਾਂਝੇ ਤੋਂ ਪੰਜਾਬ ਯਾਦ ਆਇਆ। ਵਾਹ ਸਰ। ਜ਼ਿਕਰ ਰੱਬ ਦਾ ਹੋਇਆ, ਜ਼ਿਕਰ ਰੱਬ ਦਾ ਹੋਇਆ ਤਾਂ ਮੈਨੂੰ ਨਾਨਕ ਤੋਂ ਪੰਜਾਬ ਯਾਦ ਆਇਆ। ਜ਼ਿਕਰ ਆਜ਼ਾਦੀ ਦਾ ਹੋਇਆ, ਜ਼ਿਕਰ ਆਜ਼ਾਦੀ ਦਾ ਹੋਇਆ ਤੇ ਮੈਨੂੰ ਭਗਤ ਤੋਂ ਪੰਜਾਬ ਯਾਦ ਆਇਆ। ਤਾਂ ਮੈਨੂੰ ਭਗਤ ਤੋਂ ਪੰਜਾਬ ਯਾਦ ਆਇਆ। ਨਾਲ ਹੀ ਡਾਇਰੈਕਟਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਕੁਲਦੀਪ ਸਿੰਘ ਸਹਿਗਲ ਸਾਹਿਬ ਦਾ ਵੀ ਬਹੁਤ ਬਹੁਤ ਵੈਲਕਮ ਨੇ। ਸੋ ਸਟੇਜ ਤੇ ਪਹੁੰਚ ਚੁੱਕੇ ਨੇ ਸਾਡੇ ਚੀਫ ਗੈਸਟ ਸਾਹਿਬ। ਓਮ ਤ੍ਰਿੰਬਕਮ ਯਜਾਮਹਿ ਸੁਗੰਧਿਮ ਪੁਸ਼ਟਿਵਧਨਮ ਉਰਿਵਾਰੁਕਮਿਵ ਬੰਧਨਾਨ ਮ੍ਰਿਤ੍ਯੋਰ್ਮੁਕ್ਸ਼ੀਯ ਮਾਮ੍ರಿತਾਯ। ॐ त्र्यम्बकं यजामहि सुगन्धिं पुष्टिवर्धनम् उर्वारुकमिव बन्धनान् मृत्योर्मुक्षीय मामृतात्। ॐ त्र्यम्बकं यजामहि सुगन्धिं पुष्टिवर्धनम् उर्वारुकमिव बन्धनान् ृत्योर्मुक्षीय मामृतात्। ॐ त्र्यम्बकं यजामहि सुगन्धिं पुष्टिवर्धनम् उर्वारुकमिव बन्धनान् मृत्योर्मुक्षीय मामृतात्। ॐ त्र्यम्बकं यजामहि सुगन्धिं पुष्टिवर्धनम् उर्वारुकमिव बन्धनान् मृत्योर्मुक्षीय मामृतात्। ॐ त्र्यम्बकं यजामहि सुगन्धिं पुष्टिवर्धनम् उर्वारुकमिव बन्धनान् मृत्योर्मुक्षीय मामृतात्। ॐ त्र्यम्बकं यजामहि सुगन्धिं पुष्टिवर्धनम् उर्वारुकमिव बन्धनान् मृत्योर्मुक्षीय मामृतात्। ॐ त्र्यम्बकं यजामहि सुगन्धिं पुष्टिवर्धनम् उर्वारुकमिव बन्धनान् ਮ੍ਰਿਤ੍ਯੋਰ੍ਮੁਕ੍ਸ਼ੀਯ ਮਾਮ੍ਰਿਤਾ। ਥੈਂਕ ਯੂ ਸਾਕਸ਼ੀ ਮੈਮ। ਪ੍ਰਿਯੰਕਾ ਮੈਮ, ਮਿਸਟਰ ਅਮਿਤ ਵਾਲੀਆ ਸਰ, ਹੁਣ ਅਸੀਂ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਜੋਗਿੰਦਰਪਾਲ ਜੀ ਜੈਨ ਸਾਹਿਬ ਨੂੰ ਓਨਰ ਕਰਾਂਗੇ। ਸਰ ਨੇ ਆਪਣੇ ਬਹੁਤ ਹੀ ਬਿਜ਼ੀ ਸ਼ਡਿਊਲ ਦੇ ਵਿੱਚੋਂ ਕੁਝ ਸਮਾਂ ਸਾਡੇ ਲਈ ਕੱਢਿਆ, ਅਸੀਂ ਤਹਿ ਦਿਲੋਂ ਸਰ ਦੇ ਧੰਨਵਾਦੀ ਹਾਂ। ਸਰ, ਸਾਡਾ ਇਹ ਪ੍ਰੋਗਰਾਮ ਕੱਲ੍ਹ ਦਾ ਚੱਲ ਰਿਹਾ ਹੈ, ਅੱਜ ਇਸਦਾ ਸੈਕਿੰਡ ਡੇ ਹੈ। ਬਹੁਤ ਹੀ ਜ਼ੋਰ ਸ਼ੋਰ ਨਾਲ ਕੱਲ੍ਹ ਦਾ ਇਹ ਪ੍ਰੋਗਰਾਮ ਚੱਲ ਰਿਹਾ, ਉਮੀਦ ਇਹੀ ਹੈ ਕਿ ਅੱਜ ਵੀ ਇਹ ਪ੍ਰੋਗਰਾਮ ਇੱਦਾਂ ਹੀ ਵਧੀਆ ਜਾਵੇਗਾ। ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਜੋਗਿੰਦਰਪਾਲ ਜੀ ਜੈਨ, MLA ਮੋਗਾ, ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਪੰਜਾਬ। ਉਹਨਾਂ ਨੂੰ ਓਨਰ ਕਰਨਗੇ ਸਾਡੇ ਕਾਲਜ ਦੇ ਡਾਇਰੈਕਟਰ ਸਾਹਿਬ ਸਰਦਾਰ ਦਵਿੰਦਰਪਾਲ ਸਿੰਘ ਜੀ, ਡਾਕਟਰ ਅਨੁਜ ਗੁਪਤਾ, ਡਾਕਟਰ ਗੌਰਵ ਗੁਪਤਾ, ਨਾਲ ਹਨ ਸਾਡੇ ਐਸੋਸੀਏਟ ਡਾਕਟਰ ਡਾਇਰੈਕਟਰ ਮਿਸਟਰ ਦਮਨਪ੍ਰੀਤ ਸਿੰਘ,
ਪ੍ਰੈਜ਼ੀਡੈਂਟ ਮਿਸਟਰ ਅਸ਼ੋਕ ਗੁਪਤਾ ਜੀ ਉਹ ਵੀ ਸਾਡੇ ਦਰਮਿਆਨ ਹਨ ਤੇ ਬਹੁਤ ਬਹੁਤ ਥੈਂਕਸ ਕੀਤਾ ਜਾਂਦਾ ਹੈ ਜੈਨ ਸਾਹਿਬ ਦਾ ਕਿ ਉਹਨਾਂ ਨੇ ਆਪਣੇ ਬਿਜ਼ੀ ਸਮੇਂ ਦੇ ਵਿੱਚੋਂ ਕੁਝ ਸਮਾਂ ਸਾਡੇ ਵਿਹੜੇ ਵਿੱਚ ਆਉਣ ਲਈ ਕੱਢਿਆ ਥੈਂਕਸ ਫਾਰ ਕਮਿੰਗ ਔਨ ਦਾ ਸਟੇਜ ਸਰ ਥੈਂਕਸ ਥੈਂਕਸ ਆਲਸੋ ਫਾਰ ਕਮਿੰਗ ਇਨ ਦਾ ਕਾਲਜ ਥੈਂਕ ਯੂ ਸਰ ਥੈਂਕਸ ਅ ਲੋਟ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਇਸ ਦੇ ਨਾਲ ਹੀ ਨੈਕਸਟ ਇਵੈਂਟ ਫੈਸ਼ਨ ਸ਼ੋ ਉਹਨਾਂ ਦਾ ਇਵੈਂਟ ਇੰਚਾਰਜ ਮਿਸਟਰ ਸਤਿੰਦਰਪਾਲ ਸਿੰਘ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਵੀ ਜਲਦੀ ਤੋਂ ਜਲਦੀ ਆ ਕੇ ਬੈਕ ਸਟੇਜ ਰਿਪੋਰਟ ਕਰਨ ਸਰ ਸਾਡੀਆਂ ਆਈਟਮਸ ਕੰਟੀਨਿਊ ਚੱਲ ਰਹੀਆਂ ਸਨ ਹੁਣ ਇਸ ਤੋਂ ਅੱਗੇ ਜੋ ਆਈਟਮਸ ਰਹਿ ਗਈਆਂ ਉਹ ਵੀ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਸਾਡੇ ਦਰਮਿਆਨ ਹਨ ਸਾਡੇ ਮੁੱਖ ਮਹਿਮਾਨ ਸ਼੍ਰੀ ਜੋਗਿੰਦਰਪਾਲ ਜੀ ਜੈਨ MLA ਪੰਜਾਬ ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਪੰਜਾਬ ਸ਼੍ਰੀ ਜੋਗਿੰਦਰਪਾਲ ਜੀ ਜੈਨ ਦੂਰੋਂ ਦਰੇਡਿਓ ਸਾਡੇ ਵੱਖ ਵੱਖ ਕਾਲਜਸ ਤੋਂ ਵੀ ਬੱਚੇ ਆਏ ਹਨ ਜੋ ਹੁੰਮ ਹੁਮਾ ਕੇ ਇਸ ਪ੍ਰੋਗਰਾਮ ਨੂੰ ਦੇਖਣ ਆਏ ਹਨ ਕੱਲ੍ਹ ਦਾ ਇਹ ਪ੍ਰੋਗਰਾਮ ਇਹ ਲੜੀ ਇੱਦਾਂ ਹੀ ਚੱਲੀ ਆ ਰਹੀ ਹੈ ਇਹ ਰਵਾਨਗੀ ਇੱਦਾਂ ਹੀ ਚੱਲੀ ਜਾਵੇਗੀ ਸ਼ਾਮ ਤੱਕ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਈਵੈਂਟ ਹੁਣ ਹੋਣ ਜਾ ਰਿਹਾ ਉਹ ਫੈਸ਼ਨ ਸ਼ੋਅ ਹੈ ਈਵੈਂਟ ਇੰਚਾਰਜ ਸਤਿੰਦਰਪਾਲ ਸਰ ਬੈਕ ਸਟੇਜ 'ਤੇ ਆਲਮੋਸਟ ਬੱਚੇ ਰੈਡੀ ਹਨ ਇਹ ਫੈਸ਼ਨ ਸ਼ੋਅ ਥੀਮ ਬੇਸਡ ਹੈ ਜੀ ਮਿਸਟਰ ਸਤਿੰਦਰਪਾਲ ਸਿੰਘ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਪਲੀਜ਼ ਬੈਕ ਸਟੇਜ ਆ ਕੇ ਜਲਦੀ ਜਲਦੀ ਸਾਨੂੰ ਰਿਪੋਰਟ ਕਰਨ ਕਿਉਂਕਿ ਆਪਣੇ ਅੱਜ ਦੇ ਚੀਫ ਗੈਸਟ ਸ਼੍ਰੀ ਜੋਗਿੰਦਰਪਾਲ ਜੈਨ ਸਾਹਿਬ ਸਾਡੇ ਕੋਲ ਪਹੁੰਚ ਚੁੱਕੇ ਨੇ ਸੋ ਰਿਕੁਐਸਟ ਕੀਤੀ ਜਾਂਦੀ ਵੀ ਜਲਦੀ ਜਲਦੀ ਬੈਕ ਸਟੇਜ ਰਿਪੋਰਟ ਕਰਨ ਈਵੈਂਟਸ ਦੀ ਲੜੀ ਚੱਲਦੀ ਜਾ ਰਹੀ ਸੀ ਅੱਗੇ ਦੀ ਅੱਗੇ ਪ੍ਰੋਗਰਾਮ ਉਹਦੇ ਚਲੇ ਸਰ ਜੋਗਿੰਦ ਆਪਣਾ ਸਤਿੰਦਰਪਾਲ ਜੈਨ ਸਾਹਿਬ ਸਤਿੰਦਰਪਾਲ ਸਰ ਸੋਰੀ ਸਤਿੰਦਰਪਾਲ ਸਰ ਖੁਸ਼ੀ ਇੰਨੀ ਹੋ ਗਈ ਕਿ ਸਾਰਿਆਂ ਦੇ ਨਾਮ ਨਾਲ ਹੀ ਸਰ ਨੇ ਤੁਹਾਡਾ ਨਾਮ ਲਾਤਾ ਥੈਂਕ ਯੂ ਸੋ ਮਚ ਸਰ ਪਿੱਪਲੀ ਦੇ ਪੱਤੇ ਆਵੇ ਕਾਹਦੀ ਖੜਖੜ ਲਾਈ ਹੈ ਪਿੱਪਲੀ ਦੇ ਪੱਤੇ ਆਵੇ ਕਾਹਦੀ ਖੜਖੜ ਲਾਈ ਹੈ ਪੁਰਾਣੇ ਪੱਤੇ ਝੜ ਗਏ ਹੁਣ ਰੁੱਤ ਨਵਿਆਂ ਦੀ ਆਈ ਹੈ ਨਵਾਂ ਅੰਦਾਜ਼ ਪੁਰਾਣਾ ਅੰਦਾਜ਼ ਰੋਇਲਿਟੀ ਅਰਿਸਟੋਕ੍ਰੇਟ ਸਭ ਕੁਛ ਮਿਕਸ ਹੈ ਜੀ ਇਸ ਫੈਸ਼ਨ ਸ਼ੋਅ ਦੇ ਵਿੱਚ ਬਹੁਤ ਦਿਨਾਂ ਤੋਂ ਇਸ ਫੈਸ਼ਨ ਸ਼ੋਅ ਦੀ ਅਸੀਂ ਇੰਤਜ਼ਾਰ ਕਰ ਰਹੇ ਸੀ ਜੋ ਇਹ ਫੈਸ਼ਨ ਸ਼ੋਅ ਤੁਹਾਡੇ ਸਾਹਮਣੇ ਹੋਣ ਜਾ ਰਿਹਾ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਜੋਗਿੰਦਰਪਾਲ ਜੀ ਜੈਨ MLA ਮੋਗਾ ਚੇਅਰਮੈਨ ਵੇਅਰ ਹਾਊਸਿੰਗ ਕਾਰਪੋਰੇਸ਼ਨ ਪੰਜਾਬ ਉਹਨਾਂ ਦੇ ਹੁਣ ਸਾਹਮਣੇ ਇਹ ਵਾਲਾ ਇਵੈਂਟ ਹੋਏਗਾ ਫੈਸ਼ਨ ਸ਼ੋਅ ਇਜ਼ ਬੇਸਡ ਔਨ ਸਰਟਨ ਸਿਲੈਕਟਡ ਥੀਮਸ ਥੀਮਸ ਆਰ ਜੱਜ ਸਾਹਿਬਾਨ ਨੂੰ ਬੇਨਤੀ ਹੈ ਕਿ ਧਿਆਨ ਦੇਣ ਥੀਮਸ ਆਰ ਫਸਟ ਇਜ਼ ਅਰਿਸਟੋਕ੍ਰੇਟ ਸੈਕਿੰਡ ਮੂਵੀਜ਼ 1970s ਮੂਵੀਜ਼ 1970s ਥਰਡ ਇਜ਼ ਰੂਬਿਕਸ ਕਿਊਬ ਐਂਡ ਫੋਰਥ ਇਜ਼ ਟ੍ਰੈਡੀਸ਼ਨਲ ਅਪਾਰਟ ਫਰੋਮ ਦਿਸ ਦੇਰ ਇਜ਼ ਵਨ ਰਾਊਂਡ ਬਾਏ ਰੰਗ ਕੁਲੈਕਸ਼ਨ ਰੰਗ ਕੁਲੈਕਸ਼ਨ ਇਜ਼ ਅਵਰ ਕੋ ਸਪੋਂਸਰ ਫੋਰ ਡਰੈਸਿਸ ਰੰਗ ਕੁਲੈਕਸ਼ਨ ਵਾਲੇ ਸਾਡੇ ਡਰੈਸਿਸ ਬਾਰੇ ਜੋ ਵੀ ਡਰੈਸਿਸ ਆ ਉਹ ਪੂਰਾ ਸਾਨੂੰ ਇਹਦੇ 'ਚ ਸਹਿਯੋਗ ਦੇ ਰਹੇ ਹਨ ਜੱਜ ਸਾਹਿਬਾਨ ਇਹਦੇ ਵਿੱਚ ਇੱਕ ਅਸੀਂ ਬੈਸਟ ਡਿਜ਼ਾਈਨਰ ਕੱਢਣਾ ਹੈ ਜੀ ਦੈਨ ਫਸਟ ਰਨਰ ਅਪ ਦੈਨ ਸੈਕਿੰਡ ਰਨਰ ਅਪ ਅਤੇ ਇੱਕ ਬੈਸਟ ਮਾਡਲ ਅਤੇ ਸਾਡੇ ਅੱਜ ਦੇ ਇਸ ਈਵੈਂਟ ਦੇ ਜੱਜ ਹਨ ਮੈਮ ਪ੍ਰਭਦੀਪ ਬਰਾੜ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੈਮ ਪ੍ਰਭਦੀਪ ਬਰਾੜ ਥੈਂਕ ਯੂ ਮੈਮ ਕੀਤਾ ਜਾਏ
aristocrat. That means royalty, nobility. Numbering lagi hoi hai, Judge Sahib note karan. Numbering lagi hoi hai ji. Aristocrat. ਪਹਿਲੇ ਦੱਸਿਆ ਗਿਆ ਤਾਂ ਫਸਟ ਥੀਮ ਹੈ ਅਰਿਸਟੋਕ੍ਰੇਟ ਮੀਨ ਰੋਇਲਿਟੀ ਨੋਬਿਲਿਟੀ ਐਂਡ ਇਜ਼ ਡਿਜ਼ਾਈਨ ਡਿਜ਼ਾਈਨਰਸ ਆਰ ਮਨੀਸ਼ਾ ਵੀਰਪਾਲ ਨਵਦੀਪ ਵਰਿੰਦਰਪਾਲ ਜਸਪ੍ਰੀਤ ਨਵਰੀਤ ਰਮਨਦੀਪ ਨਵਦੀਪ ਵੀਰਪਾਲ ਐਂਡ ਅਮਨਦੀਪ ਦੇ ਮੇਕਅਪ ਪਾਰਟਨਰ ਹਨ ਜੀ ਓਰੇਨ ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਇਸ ਈਵੈਂਟ ਦੇ ਮੇਕਅਪ ਪਾਰਟਨਰ ਹਨ ਓਰੇਨ ਮੁੱਖ ਜੱਜ ਹਨ ਪ੍ਰਭਦੀਪ ਬਰਾੜ ਮੈਮ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੁਹਾਡੇ ਸਾਹਮਣੇ ਜਿਹੜੇ ਮਾਡਲ ਆ ਰਹੇ ਨੇ ਉਹਨਾਂ ਦੇ ਨਾਮ ਇਸ ਤਰ੍ਹਾਂ ਨੇ ਮਨੀਸ਼ਾ ਦਿਲਪ੍ਰੀਤ ਪਰਮਿੰਦਰ ਹਰਿੰਦਰ ਜਸਪ੍ਰੀਤ ਨਵਨੀਤ ਰਮਨਦੀਪ ਕੇਵੀ ਵੀਰਪਾਲ ਐਂਡ ਅਮਨਦੀਪ ਫਸਟ ਥੀਮ ਹੈ ਸਾਡੇ ਕੋਲ ਚਾਰ ਰਾਊਂਡ ਸਨ ਸਾਡੇ ਵਿੱਚ ਆ ਚੁੱਕੇ ਨੇ ਪ੍ਰਿੰਸੀਪਲ ਕੈਂਬਰਿਜ ਕਨਵੈਂਟ ਸਕੂਲ ਇੰਟਰਨੈਸ਼ਨਲ ਸਕੂਲ ਰਾਜਾ ਮਲਹੋਤਰਾ ਦਿਖਾਏ ਜਾ ਰਹੇ ਨੇ ਇਹ ਰਾਜ ਘਰਾਣੇ ਨਾਲ ਤਾਲੁਕ ਰੱਖਦੇ ਨੇ ਇਹਦੇ ਵਿੱਚੋਂ ਬੈਸਟ ਡਿਜ਼ਾਈਨਰ ਫਸਟ ਰਨਰ ਅਪ ਸੈਕਿੰਡ ਰਨਰ ਅਪ ਚੁਣੇ ਜਾਣਗੇ ਨਾਲ ਇੱਕ ਬੈਸਟ ਮਾਡਲ ਚਾਰੋਂ ਥੀਮ ਦੇ ਵਿੱਚੋਂ Thank you.
ਨੇ 6ਵਾਂ ਮਾਡਲ ਆ ਚੁੱਕਿਆ ਹੈ। ਇਸੇ ਤਰ੍ਹਾਂ ਸਾਡੇ ਕੋਲ ਇਸ ਈਵੈਂਟ ਵਿੱਚ 10 ਮਾਡਲ ਨੇ। ਨੰਬਰ 7 ਇਸ ਦੇ ਨਾਲ ਹੀ ਰਿਕੁਐਸਟ ਕੀਤੀ ਜਾਂਦੀ ਹੈ ਨੈਕਸਟ ਥੀਮ ਜਿਹੜਾ ਕਿ ਮੂਵੀਜ਼ 1970 ਹੈ ਉਹਦੇ ਪਾਰਟੀਸਪੈਂਟਸ ਵੀ ਤਿਆਰ ਰਹਿਣ। ਬਿਹਤਰੀਨ ਪੇਸ਼ਕਾਰੀ, ਬਿਹਤਰੀਨ ਅੰਦਾਜ਼, ਫਸਟ ਥੀਮ ਹੈ ਜੀ ਅਰਿਸਟੋਕ੍ਰੇਟ। ਬਹੁਤ ਹੀ ਮਿਹਨਤ ਕੀਤੀ ਹੈ ਸਾਡੇ ਐਪੀ ਡਿਪਾਰਟਮੈਂਟ ਨੇ, ਬੱਚਿਆਂ ਦੀ ਮਿਹਨਤ ਵੀ ਝਲਕ ਰਹੀ ਹੈ ਸਰ ਇਹਦੇ ਵਿੱਚੋਂ। ਬਰਾਬਰ ਤੇ ਹੋਰ ਦੱਸਣਾ ਚਾਹਾਂਗੇ ਜਿੰਨੇ ਵੀ ਡਰੈਸ ਡਿਜ਼ਾਈਨ ਕੀਤੇ ਹੈ ਸਾਡੇ ਕਾਲਜ ਦੇ ਐਫ ਟੀ ਡਿਪਾਰਟਮੈਂਟ ਵਾਲਿਆਂ ਦੇ ਬੱਚੇ ਨੇ ਹੀ ਤਿਆਰ ਕੀਤੇ ਹੈ। ਸੋ ਪਲੀਜ਼ ਐਫ ਟੀ ਵਾਸਤੇ ਜ਼ੋਰਦਾਰ ਤਾਲੀਆਂ ਹੋ ਜਾਏ। ਬੱਚਿਆਂ ਨੇ ਖੁਦ ਮਿਹਨਤ ਕਰਕੇ, ਬੱਚਿਆਂ ਨੇ ਖੁਦ ਤਿਆਰ ਕੀਤੇ ਨੇ ਟੀਚਰ ਸਾਹਿਬਾਨ ਦੀ ਗਾਈਡੈਂਸ ਦੇ ਅੰਡਰ। ਸੈਕਿੰਡ ਲਾਸਟ ਮਾਡਲ ਹੈ ਇਸ ਟੀਮ ਦਾ।
ਏਪੀਐਫ ਡਿਪਾਰਟਮੈਂਟ ਦੇ ਬੱਚਿਆਂ ਨੇ ਖੁਦ ਤਿਆਰ ਕੀਤੇ ਨੇ। ਇੱਕ ਤੋਂ ਬਾਅਦ ਇੱਕ ਪਰਤਾਂ ਖੁੱਲ੍ਹਣਗੀਆਂ ਅਤੇ ਇੱਕ ਤੋਂ ਬਾਅਦ ਇੱਕ ਵੱਖਰਾ ਅੰਦਾਜ਼, ਵੱਖਰਾ ਸਭ ਕੁਝ ਸਾਡੇ ਸਾਹਮਣੇ ਆਏਗਾ। ਪ੍ਰੈਜ਼ੀਡੈਂਟ ਮਿਸਟਰ ਅਸ਼ੋਕ ਗੁਪਤਾ ਜੀ, ਮੈਨੇਜਮੈਂਟ ਮੈਂਬਰਸ ਸਰਦਾਰ ਦਵਿੰਦਰ ਪਾਲ ਸਿੰਘ, ਡਾਕਟਰ ਗੌਰਵ ਗੁਪਤਾ ਜੀ, ਡਾਕਟਰ ਅਨੁਜ ਗੁਪਤਾ ਜੀ, ਐਸੋਸੀਏਟ ਡਾਇਰੈਕਟਰ ਮਿਸਟਰ ਦਮਨਪ੍ਰੀਤ ਸਿੰਘ, ਇਹ ਸੀ ਜੀ ਸਾਡਾ ਫਸਟ ਥੀਮ, ਦੈਟ ਇਜ਼ ਅਰਿਸਟੋਕ੍ਰੇਟ। ਮੈਂ ਵੀ ਰਿਕੁਐਸਟ ਕੀਤੀ ਜਾਂਦੀ ਨੈਕਸਟ ਥੀਮ ਵਾਲੇ ਬੱਚਿਆਂ ਨੂੰ, ਯੂ ਪਲੀਜ਼ ਤਿਆਰ ਰਹਿਣ। ਲਾਲਾ ਲਾਜਪਤ ਰਾਏ ਕਾਲਜ ਦੇ DBE ਸਰ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ, ਸਵਾਗਤ ਹੈ ਸਰ।